वाहिगुरु जी का खालसा, वाहिगुरु जी की फतेह। दसा पातशाहियां दी हाजरा हजूर जो धन धन श्री गुरु ग्रंथ साहिब सच्चे पातशाह जी दी पावन गोद विच जुड़ बैठ शाम दे सोने दीवाना दा आप जी आनंद प्राप्त कर रहे हो। गुर इतिहास की लड़ीवार कथा जिस विचों आप जी ने सरवण कीता सी, निमाणिया ने माण सतगुरु गुरु नानक साहिब गुरगद्दी तो बाद गुरु अंगद देव पातशाह जी को बिठा जप की बाणी का उचारण किया तरतीब दे विच महात्म दर्शाया इस बाणी को कदों किवें पढ़ना है, कलयुग दे विच इस बाणी के की लाभ हैं, बड़े विस्थार सहित आप जी ने कल दे दीवाना विच सरवण करके आनंद माणिया। आओ कुछ समा मन बिरतियां नूं एकाग्रचित करिए, जुड़िए सतगुरां दे पावन इतिहास नाल। चुकाइए सीस बख्शो आसीस गज के आखो सपना श्री वाहे गुरु साहिब जी, सपना श्री वाहे गुरु साहिब जी। दोहरा महिमा भरणी अलप में कहन जाई मत मंद, ऊचा गाद अकथ है जो जप जी सुख कंद। महाकवि भाई संतोख सिंह जी गुरु नानक साहब जिया की वड्याई लिख रहे ने, जो सतगुरां ने जप जी दे जाप नूं बाणी का रूप दे के कलम बंद किया। कवि भी आखते थे गुरु नानक साहब कहिंदे आ मैं एडी महिमा नहीं लिख सकता, महात्म बहुत बड़ा है, ये सुखां दी खान है बाणी, क्योंकि मत मेरी छोटी है, अल्प मत थोड़ी मत, ते जप जी बहुत बड़ी है। जिस बाणी का नाम गुरु नानक साहब ने जप रखे है, सहज पाठ करने वाले जानते हैं जप जी साहिब कित भी नहीं लिखा, हमेशा जप लिखे है। कि जप जी पढ़ना चाहिए, बिल्कुल पढ़ना चाहिए, जी शब्द सत्कार का है, साहिब शब्द आदर का है। गुरु नानक साहब महाराज कहते इस बाणी की महानता लिखी नहीं जा सकती, सुनाई नहीं जा सकती, परे तो परे महान तो महान है। कवि कहते मेरी तो मत बहुत छोटी है, एडे वे विद्वान होके कहते मैं जप जी की महिमा अपनी मत दे नाल पूरियां लिख नहीं सकता। चो पे मन मूर्ख नित प्रत जप सेव, जह को चाहे मुन जन देव। जिस बाणी नू मुनि जन साधु फकीर लोचदे ने, मैं उस बाणी नू अपनी मत दे मुताबिक नहीं समझ सकता, भावे मैं पढ़दा रोज हां,
ਪਰ ਮੈਂ ਜਪ ਨੂੰ ਜਾਣ ਨਹੀਂ ਸਕਦਾ ਹੋ ਸਕਦਾ। ਇੱਥੋਂ ਤੱਕ ਬਚਨ ਮਰਦ ਨੇ ਆ ਕੇ ਨੇ ਜਿਹਨੂੰ ਜਪ ਜੀ ਕੰਠ ਨਹੀਂ ਉਹ ਸਿੱਖ ਨਹੀਂ ਬਹਿਰੂਪੀਆ ਹੈ। ਹਰ ਸਿੱਖ ਦੇ ਜੀਵਨ ਵਿੱਚ ਜਪ ਜੀ ਦਾ ਜਾਪ ਹੋਣਾ ਚਾਹੀਦਾ, ਇਕੱਲਾ ਜਾਪ ਨਹੀਂ ਜਪ ਜੀ ਕੰਠ ਹੋਣੀ ਚਾਹੀਦੀ ਹੈ। ਸਿੱਖੀ ਦਾ ਬੇਸ ਹੈ, ਸਿੱਖੀ ਦਾ ਮੁੱਢ ਹੈ ਜਪ ਸਾਹਿਬ। ਪਰ ਜੇ ਕੰਠ ਨਹੀਂ, ਜੇ ਜਾਗ ਨਹੀਂ, ਮਰਦ ਕਹਿੰਦੇ ਨਾ ਤੇਰੇ ਜੀਵਨ ਵਿੱਚ ਸੁੱਖ ਹੈ, ਨਾ ਤੈਨੂੰ ਪ੍ਰਲੋਕ 'ਚ ਸੁੱਖ ਮਿਲਣਾ। ਲੱਖ ਸਿੱਖੀ ਦੀਆਂ ਗੱਲਾਂ ਕਰੀ ਚੱਲ, ਅਡੰਬਰ ਰੱਖੀ ਚੱਲ, ਜੇ ਜਪ ਜੀ ਕੰਠ ਨਹੀਂ ਤੇਰੇ ਪੱਲੇ ਕੁਛ ਨਹੀਂ। ਕਿਤ ਬਿੰਦ ਹੋਵੇ ਮਨੁੱਖ ਦੇਹੀ, ਸ਼੍ਰੀ ਨਾਨਕ ਸਿੱਖੀ ਮਗਰ ਲੇਹੀ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਵੇ ਮਨੁੱਖਾ ਜਨਮ ਦੇ ਵਿੱਚ, ਕਹਿੰਦੇ ਇਹ ਅਮੋਲਕ ਹੀਰੇ ਦੀ ਵਾਰਤਾ ਹੈ। ਪਹਿਲਾਂ ਤਾਂ ਜਨਮ ਹੀ ਨਹੀਂ ਮਿਲਦਾ ਮਨੁੱਖਾ, 83,09,999 ਜੂਨਾਂ ਤੋਂ ਬਾਅਦ ਕਿਤੇ ਮਨੁੱਖਾ ਸਰੀਰ ਪ੍ਰਾਪਤ ਹੁੰਦਾ। ਬੜਿਆਂ ਨੂੰ ਮਨੁੱਖਾ ਸਰੀਰ ਮਿਲ ਜਾਂਦਾ, ਪਰ ਸਾਰਿਆਂ ਨੂੰ ਗੁਰੂ ਗੁਰੂ ਨਾਨਕ ਨਹੀਂ ਮਿਲਦੇ। ਆਖੋ ਸਤਿਨਾਮ, ਸਭ ਨੂੰ ਰੱਬ ਨਹੀਂ ਮਿਲਦਾ। ਜਿਨ੍ਹਾਂ ਨੂੰ ਭਾਗਾਸ਼ਾਲੀ ਮਨੁੱਖਾ ਜੀਵਨ ਦੇ ਵਿੱਚ ਗੁਰੂ ਨਾਨਕ ਗੁਰੂ ਮਿਲੇ ਨੇ। ਜਪ ਜੀ ਸੇਵ ਕਟੈ ਜਮ ਫਾਸੇ, ਬਹੁਰ ਮਿਲਹਿ ਪਦਵੀ ਅਬਨਾਸੀ। ਭਾਗਾਂ ਵਾਲੇ ਸਿੱਖ ਨੇ, ਇੱਕ ਤੇ ਮਨੁੱਖਾ ਜਨਮ, ਦੂਜਾ ਗੁਰੂ ਗੁਰੂ ਨਾਨਕ ਪਾਤਸ਼ਾਹ ਮਿਲੇ, ਕਹਿੰਦੇ ਤੀਜਾ ਜਪ ਜੀ ਦੀ ਸੇਵਾ। ਅੱਜ ਤੁਹਾਨੂੰ ਕੋਈ ਕਿਸੇ ਦੀ ਸੇਵਾ ਕਰਦਾ ਮਿਲੂ, ਕੋਈ ਕਿਸੇ ਦੀ ਸੇਵਾ, ਗੁਰੂ ਦਾ ਸੇਵਕ ਕੌਣ ਹੈ, ਗੁਰੂ ਦੀ ਸੇਵਾ ਕੌਣ ਕਰ ਰਿਹਾ, ਇਹ ਸਾਨੂੰ ਵੀ ਨਹੀਂ ਪਤਾ। ਅਸਲ ਵਿੱਚ ਗੁਰਬਾਣੀ, ਸਤਿਗੁਰੂ ਦੀ ਸੇਵਾ, ਗੁਰਬਾਣੀ ਨੂੰ ਸ਼ੁੱਧਤਾ ਨਾਲ, ਪ੍ਰੇਮ ਨਾਲ ਪੜ੍ਹਨਾ ਹੈ। ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਮਰਦ ਨੇ, ਆਪਾਂ ਗੁਰੂ ਘਰ ਸੇਵਾ ਕਰਨ ਆਉਂਦੇ ਹਾਂ, ਗੁਰੂ ਦੀ ਸੇਵਾ ਅਸੀਂ ਕੀ ਕਰ ਸਕਦੇ ਹਾਂ, ਗੁਰੂ ਤੇ ਸ਼ਬਦ ਹੈ। ਲੋਕਾਂ ਦੀ ਸੇਵਾ ਗੁਰੂ ਦੀ ਸੇਵਾ ਨਹੀਂ ਨਾ, ਗੁਰੂ ਦੀ ਸੇਵਾ ਕਿਹੜੀ ਹੈ, ਪ੍ਰੇਮ ਭਾਵਨਾ ਵਿੱਚ ਜੁੜ ਕੇ ਗੁਰੂ ਕੀ ਬਾਣੀ ਨੂੰ ਪੜ੍ਹਨਾ ਗੁਰੂ ਦੀ ਸੇਵਾ ਹੈ। ਤੇ ਪੁਰਾਤਨ ਸਿੱਖ ਬਾਣੀ ਕੰਠ ਕਰਦੇ ਸੀ, ਬਾਣੀ ਸੁਣਦੇ ਸੀ, ਬਾਣੀ ਸੁਣਾਉਂਦੇ ਸੀ, ਉਹ ਗੁਰੂ ਦੀ ਸੇਵਾ ਸੀ। ਅੱਜ ਦੇ ਨਿਤਨੇਮ ਅਸੀਂ ਆਪ ਹੀ ਨਹੀਂ ਕਰਦੇ, ਫੋਨ 'ਚ ਭਰਿਆ ਬਸ ਉਹੀ ਲਾਈ ਫਿਰਦੇ ਹਾਂ, ਚਾਰ ਲੋਕਾਂ ਨੂੰ ਵੀ ਪਤਾ ਲੱਗ ਜੇ ਰਹਿ ਰਿਹਾ ਸਭ ਕਰਦਾ, ਤੇ ਸਾਨੂੰ ਵੀ ਪਤਾ ਬਸ ਨਿਬੜਨ ਵਾਲਾ ਥੋੜ੍ਹਾ ਜਿਹਾ ਰਹੇਗਾ, ਨਿਬੜਨ ਵਾਲਾ ਹੀ ਦੱਸਦੇ ਆ। ਭਾਗਾਂ ਵਾਲੇ ਜਿਹੜੇ ਚੌਪੜਾ ਲਾ ਕੇ ਪੰਜ ਇਸ਼ਨਾਨਾਂ ਕਰਕੇ ਗੁਰੂ ਕੀ ਬਾਣੀ ਨੂੰ ਰਸਨਾ ਤੋਂ ਬੋਲ ਕੇ ਪੜ੍ਹਦੇ ਨੇ, ਜੱਗ ਦੀ ਪਰਵਾਹ ਛੱਡਦੇ, ਇਹ ਸੇਵਾ ਬਹੁਤ ਵੱਡੀ ਹੈ। ਬਾਣੀ ਦੀ ਸੇਵਾ ਗੁਰੂ ਦੀ ਸੇਵਾ ਹੈ। ਅਸ ਸੰਯੋਗ ਚਹਿਤ ਹੈ ਸੋਈ, ਤੁਮਕੋ ਤੋਂ ਸਭ ਪ੍ਰਾਪਤ ਹੋਈ। ਨਾਨਕ ਸਾਹਿਬ ਮਹਾਰਾਜ ਸੰਗਤਾਂ ਨੂੰ ਆਖਣ ਲੱਗੇ, ਕਹਿੰਦੇ ਸਿੱਖੋ ਭਾਗਾਂ ਵਾਲਿਓ, ਤੁਹਾਨੂੰ ਇਹ ਸੰਯੋਗ ਮਿਲ ਗਿਆ, ਮਤਲਬ ਮਨੁੱਖਾ ਜਨਮ ਮਿਲ ਗਿਆ, ਇਸ ਜਨਮ ਵਿੱਚ ਸਤਸੰਗ ਮਿਲ ਗਈ, ਸਤਸੰਗ ਦੇ ਵਿੱਚ ਜਪ ਮਿਲ ਗਈ, ਜਪ ਜੀ ਮਿਲ ਗਈ। ਜਪ ਜੀ ਸਾਹਿਬ ਦੇ ਮਹੱਤਵ ਬਹੁਤ ਵੱਡੇ ਨੇ, ਅਰਥ ਬਹੁਤ ਗਹਿਰੇ। ਅੱਜ ਤੱਕ 525 ਸਪੀਕ ਜਪ ਜੀ ਸਾਹਿਬ ਤੇ ਆਏ, ਸਭ ਦੇ ਅਰਥ ਵੱਖੋ ਵੱਖ ਨੇ, ਤੇ ਅਸੀਂ ਦੋ ਪੰਕਤੀਆਂ ਪੜ੍ਹ ਕੇ ਲੋਕਾਂ ਨੂੰ ਗਿਆਨ ਸੁਣਾਉਂਦੇ ਫਿਰਦੇ ਹਾਂ ਵੀ ਮੈਨੂੰ ਤੇ ਆਹ ਵੀ ਆਉਂਦਾ, ਮੈਨੂੰ ਆਹ ਵੀ ਆਉਂਦਾ, ਕੱਖ ਨਹੀਂ ਆਉਂਦਾ ਸਾਨੂੰ, ਬਹਿ ਵਿੱਚ ਕੱਖ ਵੀ ਨਹੀਂ ਆਉਂਦਾ, ਸੂਈ ਦੇ ਨੱਗੇ ਦਿਨਾਂ ਵੀ ਸਾਨੂੰ ਬਾਣੀ ਦਾ ਗਿਆਨ ਨਹੀਂ। ਪ੍ਰਮਾਣ ਸਾਡਾ ਬਹੁਤ ਵੱਡਾ ਪਹਾੜ ਚੁੱਕੀ ਕਰਦਾ। ਸਾਹਿਬ ਕਹਿੰਦੇ ਮਨੁੱਖਾ ਜਨਮ ਵਿੱਚ ਜਿਨ੍ਹਾਂ ਨੂੰ ਜਪ ਜੀ ਕੰਠ ਕਰਨ ਦਾ ਸੁਭਾਗ ਮਿਲੇ, ਜੰਮਣ ਮਰਨ ਤੋਂ ਮੁਕਤ ਹੁੰਦੇ ਨੇ। ਬਾਰ ਬਾਰ ਕਿਆ ਕਹੂੰ ਬਣਾਏ, ਵੇ ਅਬ ਅੰਤ ਸਮਾਂ ਦੁਖਦਾਈ। ਗੁਰੂ ਸਾਹਿਬ ਕਹਿੰਦੇ ਸਿੱਖੋ ਮੈਂ ਬਾਰ 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 ਤੁਹਾਨੂੰ ਕੀ ਆਖਾਂ ਵੀ ਜਪਜੀ ਸਾਹਿਬ ਕਿੱਡੀ ਕੁ ਮਹਾਨ ਹੈ। ਮਹਾਨ ਇਸ ਲਈ ਕਿਉਂਕਿ ਬਾਣੀ ਦੀ ਬੇਸਿਕ ਹੈ, ਜਪਜੀ ਸਾਹਿਬ ਆਰੰਭਤਾ ਦੇ ਵਿੱਚ ਹੈ, ਤੇ ਜਿਹਨੂੰ ਜਪ ਨਹੀਂ ਪੜ੍ਹਨੀ ਆਈ ਉਹਨੂੰ ਪੜ੍ਹਨਾ ਕੀ ਆਊਗਾ। ਜਪਜੀ ਸਾਹਿਬ ਛੱਡੋ, ਬੜੀ ਵੱਡੀ ਗੱਲ ਹੈ, ਕਿਸੇ ਨੂੰ ਪੰਜ ਪੌੜੀਆਂ ਸ਼ੁੱਧ ਨਹੀਂ ਆਉਂਦੀਆਂ, ਚਲੋ ਪੰਜ ਪੌੜੀਆਂ ਵੀ ਛੱਡ, ਇਹ ਵੀ ਛੱਡੋ, 100 ਦੇ ਵਿੱਚੋਂ 2 ਹੋਣਗੇ ਜਿਨ੍ਹਾਂ ਦਾ ਮੂਲ ਮੰਤਰ ਸ਼ੁੱਧ ਹੋਊਗਾ, ਸਤਨਾਮ ਉਹ ਵੀ ਨਹੀਂ ਆਉਂਦਾ। ਗੱਲਾਂ ਸਾਡੇ ਤੋਂ ਜਿੱਥੋਂ ਮਰਜ਼ੀ ਦੀਆਂ ਕਰਾ ਲਓ,
माड़ा साडे तो जिन्हों मर्जी कहा लो, निंदा तो असं उन्होंने भी कर जाने जेडे पंज ग्रंथी का नितनेम करते हैं। निंदा की है जबान ही हिलानी है। माड़ा तो असं उन्होंने भी कह सकते हैं जिन्हों के जीवन में बंदगी हर वे है, सेवा हर वे है, पर आप की किया मैं नहीं रखता। सतगुरु कहते एक समा बहुत भयानक है संगत जी, इस कलयुग दे विच जीवन दे बेड़े नू पार जप जी दी बाणी ने लाउणा सतनाम महात्म ते आप जी ने कल सुनिया। अज सतगुरु ये दसदे आ कि इहनू पढ़िया करो, इहनू गाया करो। एह छिन पछतावे मल हाथा, हम क्यों खोयो जन्म अकथा। करतार गुरु साहिब महाराज ने भी वचन आखे कहिंदे जे मनुखा जन्म मिल गया, बंदा किस्मत समझदा अपनी मैनूं जन्म मिलिया, कहिंदे जे इस जन्म विच जप जी का पाठ नहीं किया ते जप जी नूं कंठ नहीं किया, गुरु नानक साहिब कहिंदे अवश्य अंत वेले पछताउणा पैणा। नाम तरीक सिख बणे फिरो, जो मर्जी पालो कपड़िया की है, किड़ा किसी को पुछ के पाने हैं, जिन्हें मर्जी पालो रंग शंग ला लो, जो जो मर्जी बन के विखा दो, लोग तुहाडा लिवास वेख तुहानू ब्रह्म ज्ञानी नहीं कह देंगे। पर गल ते तां आई ना जे जीवन विच पाणी कंठ है, वो किनू कंठ है, किसे नूं नहीं। बड़े लोग वेखदे आ कि दादा साल हो गए रह रहा सब कर दिया, अजे तक दो पौड़ियां कंठ नहीं आखो सतनाम दो यार। नित नेम करदे आ नूं 20 25 25 साल हो गए, पंज बाणियां कंठ नहीं, पंज छड्डो जपजी साहब को सुना दे, कहिंदा मैं भुलदा तूं ध्यान रखी जिथे भुलूं उत्थे दसी, जे किते पुछो याद की है। बच्चियां नाल कटियां घटनावां याद रहे, जीवन विच होईयां चंगियां माड़ियां गल्लां 20 सालां बाद भी याद ने, क्योंकि प्रीत आ उहनां नाल, प्यार आ उहनां नाल, ते बाणी रोज पढ़ी दी है, कंठ क्यों नहीं, क्योंकि बाणी नाल अंदरों प्यार ही है नहीं, आखो सतनाम मुहब्बत नहीं है। कोई किसी कलाकार नूं प्रीत करदा उहदे गीत याद रखी फिरदा, आप ही रट जांदे। कोई किसे शायर नूं पढ़दा ते सुणदा ते जाणदा है, उहदियां कवितावां उहदियां गल्लां उहदे जीवन च आउणगियां, उह बार बार बोलेगा लहिजा उहो जिहा होए, ते सिख बाणी पढ़दा है ते सिख दा लहिजा गुरू वाला क्यों नहीं हो रहा, क्यों नहीं होंदा, क्योंकि बाणी असीं सांझ सवेर लई रखी, जीवन लई नहीं रखी। आखो सतनाम ना ना ना, गुरबाणी जीवन च ना उतर जाए किते, अमृत ना छकना पै जाए, बड़ी घटना साढ़े लिए जी अमृत छक ली, पता नहीं की होगा। पाठ कर लाँगे बाहर ही करा लाँगे, महाराज नूं घर भी क्यों लैके आना है, की पता आईओ ठीक कर दे। आखो सतनाम, आ मानसिकता वाले लोग जीवन सफला हो जाऊंगा नहीं। सतगुरां ने कौड़े बचन स्पष्ट आखे ने, कहिंदे जे मनुखा जन्म प्राप्त करके जप जी की बाणी का जाप ही ना कीता ते निष्फल है, लगत दे योग है नर तन दुर्लभ इके पायो, उन सतगुर सिख बीख मनायो। सतगुरु कहते मनुखा जन्म दुर्लभ है, इस जन्म विच दुर्लभ होर हो गया सिखी का जीवन, किड्डा दुर्लभ है। मानस जन्म दुर्लभ है होत ना बार बार, कहिंदे जन्म बार बार नहीं हुंदा, पर जिन्हां कोल है उन्हां नूं कदर है, सानूं कोई कदर नहीं सी जन्म, क्यों सानूं इह लगदा है जिंदगी ते सारिआं कोल है, लोक सुखी ने मैं क्यों नहीं। बंदा फिर लोकां दे सुखां ते दुखी होई जांदा है, ते उन्हां दे सुख अपनी जिंदगी च लिआउणे चाहुंदा है, उह नहीं मिलदे, उहदे विच अपने सुख वी नरक बण जांदे है। क्यों ना बाणी नूं पढ़िआ हुंदा, गाया हुंदा, विचारिया हुंदा। गुरु नानक साहिब कहिंदे जिन्हां जप जी नूं जपिया उन्हां नूं पछताउणा नहीं, ओ मेरे प्यारे सिख हन तीजो कलयुग को है कला, थोड़ी सेवा में होए दयाला। संगत पुछण लगी महाराज बाणी दा फल किन्ना क हुंदा है, सतगुरु कहिंदे पहला ते मनुखा जन्म मिलिया भागा ना, निरंकार की कृपा हुई पता नहीं किन्निया करोड़ा जन्मां बाद जन्म मिल गया, कहिंदे फिर तुसीं जुड़ गए परमेश्वर नाल,
फिर तीजी गल कहिंदे समा गल जुगदा है, बुरा नहीं है, भागां वाला समा है। ਐਵੇਂ ਲੋਕ ਭੱਟੀ ਜਾਂਦੇ ਕਲਯੁਗ ਕਲਯੁਗ, ਜੇ ਕਲਯੁਗ ਬੁਰਾ ਲੱਗਦਾ ਫਿਰ ਮਰ ਜਾਓ ਸਰਵਾਸ ਕਰਕੇ, ਜਿਉਂਦੇ ਕਾਹਤੋਂ ਤੁਰੇ ਫਿਰਦੇ। ਭੰਡਣਾ ਵੀ ਰੋਜ਼ ਹੈ, ਕਲਯੁਗ ਮਾੜਾ ਜੀ ਕਲਯੁਗ ਮਾੜਾ ਜੀ, ਤੇ ਰਹਿਣਾ ਵੀ ਕਲਯੁਗ ਵਿੱਚ ਹੀ ਹੈ। ਬਣ ਜਾਓ ਸਤਿਯੁਗੀ ਜੇ ਕਲਯੁਗ ਮਾੜਾ ਹੈ, ਚੱਕੋ ਗੁਟਕਾ ਸਾਹਿਬ ਪੜ੍ਹੋ ਬਾਣੀ ਸਾਰਾ ਦਿਨ, ਨਿਕਲੋ ਨਾ ਬਾਹਰ ਚੰਗਾ ਮਾੜਾ ਨਾ ਲਓ ਕਿਸੇ ਨੂੰ, ਛੱਡ ਦਿਓ ਦੁਨੀਆਂ ਦੇ ਪਹਿਰਾਵੇ ਜੱਗ ਦੇ ਪਦਾਰਥ, ਬਣੋ ਸਤਿਯੁਗੀ। ਨਹੀਂ, ਰਹਿਣਾ ਵੀ ਕਲਯੁਗ ਵਿੱਚ ਹੈ, ਭੰਡਣਾ ਵੀ ਕਲਯੁਗ। ਤੇ ਗੁਰੂ ਸਾਹਿਬ ਕੀ ਕਹਿੰਦੇ? ਸਤਿਗੁਰੂ ਕਹਿੰਦੇ ਮਨੁੱਖਾ ਜਨਮ ਮਿਲਿਆ, ਫਿਰ ਗੁਰੂ ਮਿਲ ਗਏ, ਤੇ ਤੀਜਾ ਕਹਿੰਦੇ ਸੁਭਾਗ ਕਲਯੁਗ ਦਾ ਸਮਾਂ ਮਿਲ ਗਿਆ। ਇਹ ਸਮਾਂ ਇੰਨਾ ਮਹਾਨ ਕਿਉਂ ਹੈ? ਇਸ ਸਮੇਂ ਤੇ ਜੋ ਚੁੱਕ ਜਾਏ ਚੜ ਕਰ ਮੇਰ ਸਤਲ ਪਾਏ। ਸਾਨੂੰ ਲੱਗਣ ਲੱਗੇ ਕਿ ਯੁੱਗ ਤਾਂ ਸੁਹਾਵਾ, ਇੱਥੇ ਥੋੜਾ ਜਿਹਾ ਕੀਤਾ ਬਹੁਤਾ ਫਲ ਜਾਂਦਾ। ਕਿੰਨਾ ਫਲਦਾ? ਦਸ ਗੁਣਾ ਪਲਦਾ। ਪਾਪ ਵੀ ਹੈ ਤੇ ਪਲਦਾ ਪੁੰਨ ਵੀ ਹੈ, ਦੋਨਾਂ ਦੇ ਫਲ ਹੈ। ਇਹ ਨਹੀਂ ਵੀ ਪਾਪ ਮਨੁੱਖ ਦੇ ਫਲਦੇ ਤੇ ਪੁੰਨ ਨਹੀਂ ਫਲਦੇ, ਦਸ ਗੁਣਾ ਲੱਗੀ ਜਾਣਾ। ਲਾਈ ਚਲੋ, ਮਲਟੀਪਲਾਈ ਕਰੀ ਚਲੋ। ਚਾਹੇ ਇੱਕ ਝੂਠ ਬੋਲੋ ਦਸਾਂ ਬਰਾਬਰ ਹੈ, ਇੱਕ ਪਾਪ ਕਰੋ ਦਸਾਂ ਬਰਾਬਰ ਹੈ, ਇੱਕ ਠੱਗੀ ਮਾਰੋ ਦਸ ਬਰਾਬਰ ਹੈ, ਇੱਕ ਪੁੰਨ ਕਰ ਦਿਓ, ਗਰੀਬ ਨੂੰ ਰੋਟੀ ਦੇ ਦਿਓ, ਨਿਰਵਸਤਰ ਨੂੰ ਵਸਤਰ ਦੇ ਦਿਓ, ਪੈਰ 'ਚ ਜੋੜਾ ਨਹੀਂ ਜੋੜਾ ਦੇ ਦਿਓ, ਕਿਸੇ ਗਰੀਬ ਦੀ ਸਹਾਇਤਾ ਕਰ ਦਿਓ, ਕਿੱਡਾ ਫਲੂਗਾ? ਦਸ ਗੁਣ। ਮਰਦ ਕਹਿੰਦੇ ਜੇ ਤੂੰ ਜੀਵਨ ਵਿੱਚ ਖੱਟਿਆ ਹੀ ਨਾ ਫਿਰ ਹਾਲਤ ਕੀ ਹੈ? ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਏਗਾ। ਜੇ ਕੋਈ ਮਨੁੱਖ ਚੁਬਾਰੇ ਤੇ ਪੌੜੀ ਲਾ ਕੇ ਚੜ੍ਹਦਾ, ਸਾਰੇ ਸਟੈਪ ਚੜ੍ਹ ਗਿਆ, ਉੱਪਰਲਾ ਡੰਡਾ ਟੁੱਟ ਜਾਏ ਸਿਖਰ ਵਾਲਾ, ਕਿੱਥੇ ਡਿੱਗੂ? ਤੜਾਹ ਥੱਲੇ। ਸਾਹਿਬ ਕਹਿੰਦੇ ਮਨੁੱਖਾ ਜਨਮ ਵੀ ਤੈਨੂੰ ਮਿਲ ਗਿਆ, ਗੁਰੂ ਦੇ ਨੇੜੇ ਵੀ ਤੂੰ ਆ ਗਿਆ ਸਬੱਬ ਨਾਲ, ਪਰ ਜਪ ਜੀ ਨੂੰ ਜਪਿਆ ਹੀ ਨਹੀਂ। ਮਰਦ ਕਹਿੰਦੇ ਜਪਦਾ ਤੇ ਮਰਦਾ ਰਹੇਗਾ, ਸਤਨਾਮ ਜੰਮਣ ਮਰਨ ਤੋਂ ਮੁਕਤ ਕਰਦੀ ਜਪ ਦੀ ਬਾਣੀ। ਇਹ ਨਹੀਂ ਪੜ੍ਹ ਰਹੇ ਅਸੀਂ, ਪੜ੍ਹੀਏ ਗਾਈਏ ਵਿਚਾਰੀਏ ਨਿਤ ਸਹਿਜ ਪਾਠ ਕਰੀ। ਜੇ ਸੋਝੀ ਲੈਣੀ ਹੈ ਨਾ, ਕੱਲੀ ਕਥਾ ਸੁਣਿਆ ਕੁਛ ਨਹੀਂ ਹੋਣਾ, ਲੇਖਾ ਨਾ ਰੱਖਿਓ। ਜਿਹਦੀ ਮਰਜ਼ੀ ਸੁਣੀ ਚਲੋ, ਸਵੇਰੇ ਵੀ ਆ ਜਾਂਦੀ, ਸ਼ਾਮ ਨੂੰ ਵੀ ਟੀਵੀ 'ਤੇ ਆ ਜੂਗੀ, ਦੁਪਹਿਰੇ ਜਿੱਥੇ ਮਰਜ਼ੀ ਸੁਣ ਲਓ, ਚੱਲਦੀ ਰਹਿਣੀ ਹੈ। ਕਥਾ ਸੁਣਿਆ ਜੀਵਨ ਦਾ ਭਲਾ ਨਹੀਂ ਹੋਣਾ, ਕੀਰਤਨ ਸੁਣਿਆ ਭਲਾ ਨਹੀਂ ਹੋਣਾ, ਉਦੋਂ ਤੱਕ ਜਦ ਤੱਕ ਬਾਣੀ ਨੂੰ ਆਪ ਪੜ੍ਹਦੇ ਸੁਣਦੇ ਨਹੀਂ। ਆਖੋ ਸਤਨਾਮ। ਕਿਸੇ ਡਾਕਟਰ ਕੋਲ ਬੈਠੇ ਪੁੱਛੀ ਚਲੋ ਆਹ ਦਵਾਈ ਦਾ ਕੀ ਫਾਇਦਾ, ਉਹਦਾ ਕੀ ਫਾਇਦਾ, ਤਜਰਬਾ ਕੀਤਾ, ਐਕਸਪੈਰੀਮੈਂਟ ਹੈ ਕੋਈ? ਨਹੀਂ। ਕੱਲੀ ਨੌਲੇਜ ਫੋਕਾ ਗਿਆਨ ਹੈ ਜੋ ਘਾਤਕ ਹੋਵੇਗਾ। ਅੱਜ ਬਹੁਤ ਤੁਹਾਨੂੰ ਮਿਲ ਜਾਣਗੇ ਜਿਹਨੂੰ ਮਰਜ਼ੀ ਪੁੱਛ ਲਾ, ਉਹ ਕਹਿੰਦਾ ਮੈਂ ਫਲਾਣੀ ਨੂੰ ਸੁਣਦਾ, ਮੈਂ ਫਲਾਣੀ ਨੂੰ ਸੁਣਿਆ, ਉਹ ਤੇ ਬਹੁਤ ਸੂਝਵਾਨ ਸੀ। ਅੱਛਾ, ਉਹਦੇ ਸੂਝਵਾਨ ਸੀ, ਤੇਰੇ ਪੱਲੇ ਕੀ ਹੈ? ਤੂੰ ਕੀ ਖੱਟਿਆ? ਬਹਿਸ, ਝਗੜਾ, ਬਿਤੰਡਾ ਦੀ ਵਿਰਤੀ। ਜਿਹੜਾ ਮਿਲ ਗਿਆ ਉਹਨੂੰ ਬਸ ਇਹ ਹਰਾਉਣਾ ਹੈ ਵੀ ਤੈਨੂੰ ਇੰਨਾ ਪਾਠ ਨਹੀਂ ਆਉਂਦਾ, ਮੈਨੂੰ ਇੰਨਾ ਆਉਂਦਾ, ਤੈਨੂੰ ਇਹ ਇਤਿਹਾਸ ਨਹੀਂ ਪਤਾ, ਮੈਨੂੰ ਪਤਾ, ਤੂੰ ਇਹ ਗੁਰਦੁਆਰੇ ਨਹੀਂ ਗਿਆ, ਮੈਂ ਗਿਆ। ਇੱਥੇ ਖੜੇ ਹਾਂ ਅਸੀਂ, ਕਰਨਾ ਕੀ ਸੀ? ਕਥਾ ਕੀਰਤਨ ਸੁਖਦਾਈ ਹੈ ਜਦੋਂ ਜੀਵਨ ਵਿੱਚ ਬਾਣੀ ਤੇ ਨਾਮ ਹੋਵੇ। ਸਿਮਰਨ ਆਪਾਂ ਕਰਨਾ ਵੀ, ਪ੍ਰਚਾਰ ਜਿੰਨਾ ਮਰਜ਼ੀ ਸੁਣੀ ਚੱਲੋ, ਸੁਣਨ ਨਾਲ ਕੀ ਹੋਊਗਾ? ਅੰਦਰ ਹੋਮੇ ਦਾ ਜ਼ਹਿਰ ਪ੍ਰਗਟ ਹੋਈ ਜਾਊ। ਮਰਜ਼ੀ ਪਿਛਲੇ ਪ੍ਰਸੰਗਾਂ 'ਚ ਦੱਸਿਆ ਸੀ ਨਾ ਵੀ ਇਕੱਲਾ ਗਿਆਨ ਘਾਤਕ ਹੈ, ਜੇ ਨਾਮ ਨਹੀਂ, ਬੰਦਗੀ ਨਹੀਂ। ਤੇ ਕਥਾ ਕੀਰਤਨ ਨਾਮ ਦੀ ਗੱਲ ਕਰਦੇ ਆ, ਨਾਮ ਕੀ ਹੈ? ਜਪ, ਜਪ ਜੀ ਸਿਮਰਨ, ਉਹ ਕੀਤਾ ਨਹੀਂ ਕਦੇ, ਬਾਣੀ ਪੜ੍ਹੀ ਨਹੀਂ ਕਦੇ, ਗੱਲ ਨਹੀਂ। ਗੁਰੂ ਸਾਹਿਬ ਕਹਿੰਦੇ ਆਖਰੀ ਪੌੜੀ ਤੇ ਚੜਿਆ ਮਨੁੱਖ, ਜੇ ਉਹਦਾ ਸਟਿੱਕ ਟੁੱਟ ਜੇ, ਸੋਟੀ ਟੁੱਟ ਜੇ, ਆਖਰੀ ਸਟੈਪ ਟੁੱਟ ਜੇ, ਹੋਊ ਕੀ? ਕਦੇ ਤੜਾਕ ਦੇਗੇ। ਇੱਕ ਵਾਰ ਮਨੁੱਖਾ ਜਨਮ ਦੀ ਪੌੜੀ ਤੋਂ ਫਿਸਲਿਆ, ਮੁੜ ਜਨਮ ਨਸੀਬ ਨਹੀਂ ਹੋਣਾ। ਜਪ ਜੀ ਕੰਠ ਨਿਤਾ ਪ੍ਰਤ ਰਟੈ, ਜਨਮ ਜਨਮ ਕੀ ਕਲ ਮਲ ਕਟੈ। ਗੁਰੂ ਪਾਤਸ਼ਾਹ ਕਹਿੰਦੇ ਜਪਜੀ ਸਾਹਿਬ ਨੂੰ ਆਪਣੇ ਕੰਠ ਤੋਂ ਨੇਤਾ ਪ੍ਰਤ ਹਰ ਵੇਲੇ ਰਟਣਾ ਏ। ਰਟਣਾ ਮਤਲਬ ਰਿਪੀਟ ਕਰਨਾ, ਕੰਠ ਗਲ। ਆਪਾਂ ਕਹਿੰਦੇ ਬਾਣੀ ਕੰਠ ਕੀਤੀ, ਉਹ ਕੰਠ ਦਾ ਭਾਵ ਕੀ ਹੁੰਦਾ? ਕੰਠ ਗਲ ਮਤਲਬ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁਣ, ਉਹ ਬਾਣੀ ਕੰਠ ਵਿੱਚ ਹੈ, ਹੌਲੀ ਹੌਲੀ ਕੰਠ ਤੋਂ ਹਿਰਦੇ ਜਾ ਰਹੇ।
हिरदे च लियाउण वास्ते बाणी नूं हर वेले कंठ तों पढ़ना। सैर करदे हो जी, जपजी का जाप करके लिखिए किना दा, तुरदे फिरदे हो जी, सफर करदे हो जी, जपजी साहब का जाप पढ़ के वेखो समा किन्ना क लगता है, वध तों वध अद्धा घंटा। इत्थे 5 मिनट वाले भी बैठे, 7 वाले भी होने, ये रेसा बचपन जापा भी लाते रहे भी मैं 3.5 मिनट च जपजी साहब कर देना। उदो न्याण मत सी, नहीं सी पता होंदा, उहने 2.5 मिनट च कीता, मैं 3.25 च कर दूं, करदे रहे हां, हुण भी करा लो जिहड़ा मर्जी, पर हुण समझ आई, सहज सहज गुण रहै कबीर। गुरबाणी नूं सहज नाल पढ़ना है, विचार के पढ़ना है, ये नहीं भी 15 मिनटां च मैं जपजी साहब का पाठ कर लिया फिर कहड़ा माउंट एवरेस्ट ते चढ़ गया। बाणी नाल गल्लां कर, गल्लां बाणी नाल वचनदार गुरु दे साक्षात, वो बाणी ने जपजी साहब की अद्धा घंटा ला उहदे ते बड़े प्यार नाल ठरमे नाल पढ़, कोई मगर नहीं पिया, कोई नहीं, दुनिया के काम अज नहीं भांडे मांजे जाणगे, 2 घंटे नहीं मांजे जाणगे, अज गड्डी की धोती जाऊगी कल धोती जाऊ, तां की होए, पर जिहड़ा वेड़ा लंघ गया उह मुड़ के नहीं आउणा। आखो सतनाम, सतगुरु कहिंदे जपजी नूं कंठ च रखणा हर वेले, हर वेले कंठ च, ते जद सिखा तेरे कंठ च जप दा वासा होया, जपजी की है गुरु नानक दे कोल, ते जिहदे कंठ च गुरु नानक दे बचन होण, की जम नेड़े आ सकदे आ, कदे जिहड़े नहीं आउणे, उह सिख जिउंदा वी बड़ियां दा भला करूगा। सने सने मन निर्मल होए, गत पाव है भव बंधन खोए। कथा च ते सतगुरु तरीका दस रहे है, पढ़ना किवें आ, कहिंदे रसना तो गाई जाई गाई जाई गाई जाई, हौली हौली कंठ च वस जू, कंठ च वसदे वसदे सतगुरु कहिंदे हिरदे विच लख जाणा इस बाणी ने, ते जितने हिरदे च बाणी लै गई ना अंदर, फिर जुबान तो पढ़े ना पढ़े कोई रौला ही नहीं आऊगा। बड़े गुरमुख तुसी वेखोगे सुते पिया भी नितनेम कर लेंदे, सुते सुतियां भी बंदगी चलती उन्हां दे जीवन च, ते असी गुटका साहिब फड़ के भी साडा ध्यान नहीं जुड़दा, पोथी साहिब हथ च हुंदी अख टेढ़ी जी, अजकल एक ड्रामा जिहा होर फड़िया लोगों ने, ऐनक थले कीती हुंदी अखबार पढ़दी उपर दी वेखदे हुंदे आ, बड़े खतरनाक लोग ने, ते गुरु घर जाके वेख्यो गुटका साहब थले ऐनक तो झाकी जाणगे, कौन आया ते कौन गया। सतनाम, तुसी दसो भी बाणी दी बिरती है, बागड़ बिले वांगू झांकदे, ते जिन्हां दी बिरती इत्थे खड़ी है, जिन्हां नूं बाणी दा भै ही नहीं डर ही नहीं, चलो जो किसे गुरु घर, ग्रंथी पाठी ऐ लत करके खड़ी आला दुआला, जदों वेख्या ठीक है, ये हो रहा, सत्कार नहीं निरादर हो रहा है, इस निरादर नाल तैनू ही दुख मिलने, ते जिहड़ा बाणी पढ़दा ना पुरातन समय च, पुराने समय च लड़ीवार सरूप क्यों, असल ते सरूप उही है, तुसीं लड़ीवार सरूप ते बाणी पढ़दे अख उपर करके वेखो, मुड़ के लभना ही नहीं कितने, हुण ते सौखा काम पद छेद है, जिहने जराबां पाईआं कहिंदा मैं भी पढ़ी, जिहड़ा कदे किसे काम च पास नहीं होया, किते नौकरी नहीं मिली, सारा किते फिर लिया, वो कहिंदा यार आ काम बड़ा सौखा, इधर नूं आ जाओ, किहड़ा किसे ने पाठ सुनना हुंदा, बैठे रहो चुप करके, दब्बी चलो काम, वो भी पढ़ी जाऊंगी, जद के सारिआं तों औखा काम है। बाबा बुढ़ा जी नूं किड्डा वड्डा रुतबा मिलिआ, अज असीं चीकां मारदे फिरदे ना, लोक पाठी सिंघां दा सत्कार नहीं, बई सत्कार छड्डो, तुहानूं किसे ने पुछणा भी नहीं, तुसीं गुरु दा सत्कार नहीं करदे, तुहाडा कौण करूगा, सतनाम कौण करूगा। ते लड़ीवार सरूप जिहड़े पढ़दे आ ना, जिन्ने तख्त ने आपणे इतिहासक गुरद्वारे क्यों प्रकाश है, वो जदों पाठी सिंह बैठी हो अख नहीं चुकदे किसे कोले, ध्यान ही नहीं भटकदा, आनंद ही बड़ा आउंदा है, कोशिश करो लड़ीवार बाणी पढ़नी सीखो, हुण ते फोन च भी ऑप्शन है, उहनूं पदछेद कर लो भावें लड़ीवार कर लो, वेखिओ आनंद किन्ना आउंदा, ते जिहनूं पदछेद तों पता है आला दुआला झाक के मैं थले वेख ही लैणा, ना उहदे सुणे दा फाड़ा ना सुणाई दा फाड़ा, दीन दुनिया के मालिक सतगुरां ने आखिया भी जपजी नूं पढ़ना लगातार, पढ़ पढ़ के पढ़ पढ़ के पढ़ पढ़ के सिखा, अपने कंठ च ला लई, कंठ तो बाद इह हिरदे च उतर जाणा है, जिद्दण हिरदे च उतर गई फिर दुनिया नाल गल्लां भी करी चली, अंदरों जाप चलदा ही रहना। आखो सतनाम, हर वेले किवें, कदे किसे मां नूं अपना बच्चा छोटा जिहा बाहर खेडदा भावें उह आटा गुन्नदी है, उहनूं अपने बच्चे का नाम जपना पैंदा जी, दसो
सीरियल भी देखती होगी तो भी ध्यान उच रही है कि मिट्टी च ना लिपड़ जाए किसी पलग न हाथ ना ला ले डिग ना पवे सट ना खा ले कहते ना ध्यान एक ही है एक वो है। तो जिदन सिख की प्रीत गुरु नाल होगी ना तो फिर सिख जिथे मर्जी ध्यान रखे अंदरों सुरत गुरु के चरणा च ही रहनी है जिवे गुरु अंगद देव पातशाह जी की सुरत से और रसना तो चुप रहेंगे सी ब्रह्म ज्ञान की अवस्था जिन्हां दे जीवन में आ जाए जुबान का बोलना महत्व नहीं होंदा चौथे घर में आ जाते अंदरों हिरदे च सिमरन चलता है सवास सवास चलता है सां सां चलता है। सतगुरु कहिंदे किरपा जपजी साहिब विच होनी है वड्डे वड्डे साधुआं दे जीवन में जे कोई महानता आई जपजी की बाणी तो आई है जपजी साहिब कीता पढ़िया हजारा वार पढ़िया विचार विचार के पढ़िया प्रेम नाल पढ़िया चलो जे अर्थ नहीं आउंदे चलो अज के समय भी साडी प्रॉब्लम है भी सानू अर्थ नहीं आउंदे जी कहिंदे जे भाई साहब अर्थ वाला गुटका सब लै लीए पाठ ही नहीं पूरा होंदा आंगी थली जाइए समझ ही नहीं आउंदा ठीक है यह भी छड्ड दिओ अर्थ छड्डो प्रेम नाल पढ़न लग जाओ प्रेम नाल भी ये बाणी मेरे सतगुरां दी है मैं बाणी नहीं पढ़ता मेरे सतगुरु कोल बैठे सुनते आ पढ़ा रहे आ ते मैं एक एक अखर अपने उस्ताद गुरु नानक साहब नूं अपने टीचर नूं सुनाउणा है ते जदों ए मन च भावना याद की ते सच्ची गुरु कोल बह के सुनदे आखो सतनाम जिदन सतगुरु कोल बह जाण फिर सदा अंग संगे अपंगन विभूते गुरु अंग संग हो जाता है। गुरु नानक साहब कहते जपजी का जाप करन वालियां दे मैं अंग संग हां कदे ओ ना तो दूर नहीं हां शब्द अभ्यास कियो नर जाही रहो न करनो कृत कछ ताही। गुरु साहब कहते जिन्ना फिर शब्द का अभ्यास करे समुची बाणी शब्द स्वरूप है शब्द नूं खोजिया पढ़िया विचारिया आनंद फिर आउंदा है। हुण मान लो आपां कितें ट्रैफिक ते जा रहे हां सिग्नल ते लिखिया भी होया भी लाल बत्ती ते खड़ो उड़ीक करो हरी होया तो चले वो तुहानूं भी पता मैनूं भी जिन्हें अमल किया वह एक्सीडेंट तो बच गया बचिया चलान तो भी बच गया जिन्हों पता भी है कि हरे ते चलना लाल ते रुकना है पता है पर रुकना नहीं है वह काम साडा है बाणी सानू सारा कुछ दस रही है पता सानू सारा कुछ है मननी असी गुरु की है नहीं तो फिर असी कहना महाराज साढ़े ते कृपा ही करदे आखो सतनाम हुण लाल बत्ती टप्पण वाले ते कृपा कौन करदा तुहानू पता ही है गुरु तां करदा कोई ना कोई हादसा वापरदा क्योंकि इधरों भी शेर भज्जे आउंदे हुंदे इधरों भी आउंदे की पता किहड़ा बणदे ते जदों सिख गुरु नाल कोझियां हरकतां ते चलाकियां करदा है अज असी गुरु नाल चलाकियां खेड रहे हां कोई गल नहीं जिने इतने भी कीता जपजी साहब पढ़ लो एक नवा जिहा काम फड़िया होया कहिंदे चल रोटी की भुख बहुत लगी जे जपजी साहब नहीं पढ़ते पंज पौड़ियां पढ़ के खा लो कुछ नहीं होता इत्थे कुछ नहीं होना उन्हें कोई डांग नहीं मारनी किसे ते ये तेरिया चतराइयां तैनूं गुरु तो दूर कर देणगियां ये कर रहे हां असी धर्म की दुनिया च गुरु नाल खेडी जांदे ते सतगुरु कहिंदे सिखो भै रखना है डर रखना है बाणी पढ़दे आ इन्ना भय होना चाहिए सुचमता होनी चाहिए है भी मेरे सतगुरु मेरे कोल बैठे आ ते सच्ची एदा सोच के सहज पाठ करियो अरदास च मंगण दी लोड़ नहीं पैणी बिन मंगिया ही मिल जाणा आखो सतनाम सही करके कौन कहिंदा गुरबाणी च करामात नहीं प्रतख करामात है पढ़न वालियां च करामात है नहीं सुन वालियां ते है नहीं। आपां किन्नी वारी पाठ सुनते सुनते फोन कटी का वेखी का कि मिस कॉल आई मैसेज कि आया भाई तो हाल साढ़े ने कि पाठ करद हाल मन तो उ पर गुरु साहब ने स्पष्ट आखिया गुरु अंगद देव महाराज इस बाणी सिखा प्रचार हो इस बाणी पढ़न वाले के नेे जम नहीं हो बाणी सारी एक रूप है कोई फर्क नहीं पर सब तो सौखा कैदा है जपजी साहब सिख की जी जिंदगी जिम्मे कोई बच्चा बी ए एम ए बाद तो जाता सारे बच्चे पहले प्री नर्सरी जाते उ चलता ना काम फिर नर्सरी एल के जी यू के जी फस्ट सैकंड थर्ड फिर उपर आते हौली हौली बंदा पढ़ता पढ़ता चली जाता क्यों होया क्योंकि सब तो पहला अखर की पछाण की हूँ अखर हिरदे वस गए अगे बोलना पैंता
ਜੋੜਨੇ ਪੈਂਦੇ ਸੀ। ਹੁਣ ਜਦੋਂ ਸਿਆਣਾ ਹੋ ਗਿਆ ਵੱਡੀ ਕਲਾਸ 'ਚ ਆ ਗਿਆ, ਨਾ ਜੋੜਨਾ ਪੈਂਦਾ ਨਾ ਭੁੱਲਣਾ ਪੈਂਦਾ, ਅਖਬਾਰ ਸਾਹਮਣੇ ਆਇਆ ਉਹਦੇ ਪਤਾ ਲੱਗ ਗਿਆ ਇਹਦਾ ਮੀਨਿੰਗ ਕੀ ਹੈ, ਕੀ ਲਿਖਿਆ ਹੋਇਆ। ਆਪ ਹੀ ਚੱਲਦਾ ਨਾ, ਹਰ ਭਾਸ਼ਾ ਜੀਂਦਾ ਹੈ। ਅਤੇ ਜਦੋਂ ਗੁਰਬਾਣੀ ਨਾਲ ਸਿੱਖ ਪ੍ਰੇਮ ਕਰਦਾ, ਗੁਰੂ ਅਰਥ ਆਪ ਸੁਣਾਉਂਦੇ ਨੇ ਅੰਦਰੋਂ ਹੀ, ਉਹਨੂੰ ਕਹਿੰਦੇ ਅਨੁਭਵ ਦੇ ਅਰਥ। ਜੋ ਅਨੁਭਵ ਹੁੰਦਾ ਹੈ ਐਕਸਪੈਰੀਮੈਂਟ, ਜੀਵਨ ਦਾ ਤਜਰਬਾ ਜੋ ਗੁਰੂ ਆਪ ਦੱਸਦੇ ਨੇ। ਸ੍ਰੀ ਸਰਸਵਤੀ ਸਿਮਰਨੋ ਟੀਸ਼ਨ ਮਹਾਕੁਠਾਰ, ਬਿਘਨ ਬ੍ਰਿਛ ਕੇ ਵਿਪਨ ਕੋ ਕਰਤ ਸੰਘਰ ਸੁਧਾਰ। ਜਪ ਦੀ ਬਾਣੀ ਤੋਂ ਬਗੈਰ ਗੁਰੂ ਨਾਨਕ ਸਾਹਿਬ ਜੀਆਂ ਨੇ ਹੋਰ ਕਈ ਬਾਣੀਆਂ ਨੂੰ ਕਲਮਬੰਦ ਕਰਾਇਆ ਤਰਤੀਬ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਲਿਪੀਕਾਰ ਨੇ ਗੁਰੂ ਅੰਗਦ ਦੇ ਪਾਤਸ਼ਾਹ ਬਹੁਤ ਵੱਡੇ, ਜਿਨ੍ਹਾਂ ਨੇ ਗੁਰਮੁਖੀ ਦੀ ਲਿਪੀ ਸੁਧਾਰੀ ਹੈ, ਤਰਤੀਬ 'ਚ ਬਾਣੀਆਂ ਉਹਨਾਂ ਨੇ ਲਿਖੀਆਂ, ਕੋਲ ਬਹਿ ਕੇ ਮਰਦ ਨੇ ਲਿਖਾਈਆਂ, ਜਿੱਥੇ ਜਿੱਥੇ ਗਏ ਸਤਿਨਾਮ ਖਿਆਲ ਨਾਲ, ਕਿਉਂਕਿ ਪਰਮੇਸ਼ਰ ਨੇ ਅਤੇ ਗੁਰੂ ਅੰਗਦ ਦੇ ਮਹਾਰਾਜ ਆਪ ਗੁਰੂ ਨਾਨਕ ਨੇ ਹੁਣ ਤੇ ਗੁਰਗੱਦੀ ਦੇ, ਜੋ ਗੁਰੂ ਨਾਨਕ ਸਾਹਿਬ ਨੇ ਜਿੱਥੇ ਜੋ ਵਰਤਾਇਆ ਉਹ ਜਾਣਦੇ ਨੇ, ਉਹ ਰਸਨਾ ਤੋਂ ਬੋਲਦੇ ਲਿਖਾਇਆ ਜਾ ਰਿਹਾ। ਇੱਕ ਇੱਕ ਅੱਖਰ ਚੈੱਕ ਕਰਦੇ ਬਾਅਦ 'ਚੋਂ ਕਿਤੇ ਘੱਟ ਵੱਧਦੇ। ਹੁਣ ਗੁਰਬਾਣੀ ਦੇ ਅੱਖਰਾਂ ਦੀ ਸੋਝੀ ਹੋਣੀ ਚਾਹੀਦੀ ਹੈ। ਹੁਣ ਆਪਾਂ ਬਾਣੀ ਪੜ੍ਹਦੇ ਅਤੇ ਜਿਹਨੂੰ ਮਰਜ਼ੀ ਸੁਣ ਲਾ, ਜਿੱਡੇ ਤੋਂ ਜਿੱਡਾ ਮਰਜ਼ੀ ਹੋਵੇ, ਜਪਜੀ ਸਾਹਿਬ ਪੜ੍ਹਦੇ ਪਤਾਲਾ ਪਤਾਲਾ ਖਗਾ ਸਾਗਾ ਸਹੀ ਹੈ, ਹੁਣ ਪੜ੍ਹੋ ਤੇ ਸਹੀ, ਪਾ ਤਾਲਾ ਪਾ ਤਾਲ ਪੱਪੇ ਨੂੰ ਕੰਨਾ ਤੱਤੇ ਨੂੰ ਕੰਨਾ ਫੇਰ ਲੰਨਾ, ਆ ਕਾਸਾ ਆੜੇ ਨੂੰ ਕੰਨਾ ਕੱਕੇ ਨੂੰ ਕੰਨਾ ਸਸਾ ਆਕਾਸ। ਅਸੀਂ ਸਾਨੂੰ ਨਾ ਪਤਾਲ 'ਚ ਪਤਾ ਲੱਗੇ, ਨਾ ਪਾ ਤਾਲ 'ਚ ਪਤਾ ਲੱਗੇ, ਨਾ ਆਕਾਸ਼ ਵਿੱਚ ਪਤਾ ਲੱਗੇ, ਨਾ ਆਕਾਸ਼ ਵਿੱਚ ਪਤਾ ਲੱਗੇ, ਨਾ ਸਾਨੂੰ ਦਤਾਰ ਦੀ ਸੋਚੀ, ਨਾ ਦਾਤਾਰ ਦੀ ਸੋਚੀ ਹੈ। ਊਂ ਅਸੀਂ ਪਾਠੀਆਂ ਆਖੋ ਸਤਨਾਮ, ਊਂ ਮਹਾਰਾਜ ਦੀ ਬੜੀ ਕਿਰਪਾ ਸਾਡੇ 'ਤੇ, ਸਾਨੂੰ ਬਾਣੀ ਹੁੰਦੀ ਹੈ, ਬਾਣੀ ਦਾ ਤਾਂ ਅਸੀਂ ਕੀ ਹੱਲ ਕਰ ਰਹੇ ਹਾਂ, ਟੁਕੜੇ ਟੁਕੜੇ ਕਰ ਰਹੇ। ਜਿਵੇਂ ਦਸ਼ਮੇਸ਼ ਪਿਤਾ ਜੀ ਦੇ ਜੀਵਨ 'ਚੋਂ ਸਿੱਖ ਬਾਣੀ ਦੀ ਉਹਨੇ ਇੱਕ ਲਾਂ ਗਲਤ ਪੜੀ, ਮਰਜ਼ ਕਹਿੰਦੇ ਮਾਰੋ ਇਹਦੇ ਥੱਪੜ ਭੰਨੋ ਇਹਦਾ ਮੂੰਹ, ਕਹਿੰਦਾ ਬਾਬਾ ਜੀ ਬਾਣੀ ਪੜ੍ਹ ਕੇ ਇੱਥੇ ਕੁੱਟ ਘਟਾਪਾ ਹੁੰਦਾ ਅਤੇ ਜਮਾਂ ਤੋਂ ਕੌਣ ਬਚਾਓ। ਸਤਿਗੁਰੂ ਕਹਿੰਦੇ ਹੋ ਸਿੱਖਾ ਤੂੰ ਸਾਡੀ ਗੋਦੀ ਬਹਿ ਕੇ ਤਾਲੀ ਪਰ ਬੈਠੇ, ਅੰਗ ਤੋੜਦਾ ਸਾਡੇ। ਜਦ ਕੋਈ ਧੀ ਪੁੱਤ ਆਪਣੇ ਮਾਪਿਆਂ ਦੇ ਅੰਗਾਂ ਨੂੰ ਭੰਨਣ ਲੱਗ ਗਏ ਤੇ ਫਿਰ ਮਾਪੇ ਬਖਸ਼ਦੇ ਨਹੀਂ ਹੁੰਦੇ, ਹਾਂ ਉਹ ਪਿਆਰ ਨਾਲ ਜੋ ਮਰਜ਼ੀ ਕਰੀ ਜਾਏ ਗੱਲ ਹੋਰ ਹੈ। ਗੁਰੂ ਸਾਹਿਬ ਕਹਿੰਦੇ ਸਿੱਖਾ ਤੂੰ ਬਾਣੀ ਸ਼ੁੱਧ ਨਹੀਂ ਪੜਦਾ, ਭੈ 'ਚ ਤੇ ਰਹਿ ਨਾ ਡਰ 'ਚ ਤੇ ਰਹਿ, ਸਾਡੇ ਅੰਦਰ ਡਰ ਪੈ ਖਤਮ ਹੈ, ਅਸੀਂ ਬਾਣੀ ਨੂੰ ਮਖੌਲ ਸਮਝਿਆ ਹੋਇਆ, ਬਦਲ ਕੇ ਤੁਰਦੇ ਫਿਰਦੇ। ਬੱਧਾ ਚੱਟੀ ਜੀ ਕਹਿੰਦੇ ਚੱਲ ਮੇਰੇ ਕੋਲ 15 ਕੁ ਮਿੰਟ ਹੈਗੇ ਆ, ਮੈਂ ਫਲਾਣਾ ਪਾਠ ਕਰਨਾ, ਬਹੁਤ ਚੰਗੀ ਗੱਲ ਕਰ ਰਹੇ, ਪਰ ਪਾਠ ਨੂੰ ਫਜ਼ੂਲ ਟਾਈਮ ਨਾ ਕਰੋ, ਇਹ ਨਾ ਸਮਝੋ ਵੀ ਵਿਹਲੇ ਬੰਦੇ ਕਰਦੇ ਆ, ਪਾਠ ਲਈ ਸਮਾਂ ਕੱਢੋ, ਆਖੋ ਸਤਨਾਮ। ਫਿਲਮਾਂ ਦੇਖਣ ਲਈ ਕਿਤੇ ਕੱਢਦੇ ਹੋ, ਵਿਆਹ ਸ਼ਾਦੀਆਂ ਲਈ ਜਾਣਾ ਇੱਕ ਦਿਨ ਦਾ ਕੰਮ ਹੁੰਦਾ, 4-4 ਦਿਨ ਪਾ ਕੇ ਲੈ ਕੇ ਫਿਰ ਜਾਂਦੇ ਲੋਕ, ਕੱਢਦੇ ਨਾ ਸਮਾਂ। ਤੇ ਜਦ ਬਾਣੀ ਪੜ੍ਹਨ ਦਾ ਸਮਾਂ ਹੋਵੇ ਫਿਰ ਵੇਖਦੇ ਵੀ ਜਦੋਂ ਵਿਹਲਾ ਦਾ ਸਮਾਂ ਹੋਵੇ ਨਾ ਫਿਰ ਪਾਠ ਕਰਾਂਗੇ, ਨਹੀਂ ਪਹਿਲੀ ਪ੍ਰਿਓਰਿਟੀ ਹੋਵੇ ਬਾਣੀ ਪੜ੍ਹਨ ਦੀ, ਮੈਂ ਸਭ ਤੋਂ ਪਹਿਲਾਂ ਗੁਰੂ ਕੀ ਬਾਣੀ ਪੜ੍ਹਾਂ, ਬਾਕੀ ਸਮਾਂ ਫਿਰ ਕੰਮ ਦਿੰਦੇ। ਇਹ ਜੀਵਨ ਦੀ ਮਨੋਰਥ ਹੈ, ਦਾਸਤਾਂ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਆਖੇ ਕਹਿੰਦੇ ਸਮੁੱਚੀ ਬਾਣੀ ਦੀ ਸਮੁੱਚਤਾ ਇਹੀ ਹੈ ਵੀ ਸਿੱਖ ਸਭ ਤੋਂ ਪਹਿਲਾਂ ਬਾਣੀ ਨੂੰ ਡਰ ਨਾਲ ਭੈ ਨਾਲ ਪ੍ਰੇਮ ਨਾਲ ਪੜ੍ਹੇ। ਹੁਣ ਸਾਡੇ 'ਚ ਨਾ ਭੈ ਹੈ ਅਤੇ ਨਾ ਪ੍ਰੇਮ ਹੈ, ਲਗਾਵ ਹੈ। ਲਗਾਵ ਅਤੇ ਪ੍ਰੇਮ 'ਚ ਫਰਕ ਹੁੰਦਾ, ਸਾਨੂੰ ਲਗਾਵ ਅਸੀਂ ਗੁਰਦੁਆਰੇ ਜਾਂਦੇ ਚਲੇ ਜਾਂਦੇ ਪਾਠ ਕਰੀ, ਫਲਾਣੇ ਗੁਰਦੁਆਰੇ ਗਏ ਹਾਂ ਇੱਥੇ ਬਹਿ ਕੇ ਆਹ ਪਾਠ ਕਰ ਲਓ ਆਹ ਵਿਸ਼ ਪੂਰੀ ਹੋ ਜੂਗੀ, ਇਹ ਮਹਾਰਾਜ ਨੇ ਕਿੱਥੇ ਲਿਖਤਾ ਵੀ ਇੱਥੇ ਆ ਕੇ ਇਹੀ ਪਾਠ ਕਰੇਗਾ ਤੈਨੂੰ ਆਹੀ ਮਿਲੂਗੀ, ਅਤੇ ਪਰ ਤੰਤਰਾਂ ਮੰਤਰਾਂ ਨਾਲ ਕੰਮ ਹੋ ਗਿਆ। ਬਾਣੀ ਨੂੰ ਇੱਕ ਓਅੰਕਾਰ ਤੋਂ ਲੈ ਕੇ 18-20 ਤੱਕ ਇੱਕ ਪੰਗਤੀ ਵੀ ਪੜ੍ਹ ਲਓ, ਉਹ ਵੀ ਜੀਵਨ ਦਾ ਭਲਾ ਕਰ ਦੂਗਾ। ਆਖੋ ਸਤਨਾਮ। ਰੱਬ ਹੈ ਗੁਰਬਾਣੀ, ਜਿਹਨੂੰ ਸਤਿਗੁਰੂ ਲਿਖਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਕਹਿੰਦੇ ਗੁਰਬਾਣੀ ਗੁਰੂ ਹੈ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ, ਕਹਿੰਦੀ ਪ੍ਰਤੱਖ ਨੇ ਗੁਰੂ, ਇਹ ਸੇਵਕ ਤੇ ਜਨ ਸਾਰੇ ਮੰਨੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਕਸ਼ਾਤ ਗੁਰੂ ਨੇ। ਸਾਕਸ਼ਾਤ ਕੋਈ ਬੰਦਾ ਕੋਰਟ 'ਚ ਬੈਠਾ ਹੋਵੇ ਨਾ, ਫੋਨ ਸਵਿੱਚ ਆਫ ਕਰਕੇ ਹੁੰਦਾ, ਤੁਹਾਡੇ 'ਚ ਬੜਿਆਂ ਦੇ ਬਾਅਦ ਕੋਈ SSP ਆਫਿਸ ਜਾਵੇ, ਕੋਈ ਆਧਾਰ ਕਾਰਡ ਬਣਾਉਣ ਜਾਵੇ, ਬੈਂਕ ਜਾਵੇ, ਉੱਥੇ ਬੰਦਾ ਸਾਈਲੈਂਟ ਕਰ ਲੈਂਦਾ, ਕਹਿੰਦਾ ਨਹੀਂ ਯਾਰ
ਕੰਮ 'ਚ ਡਿਸਟਰਬੈਂਸ ਹੋਊਗੀ ਬੋਲਣ ਦੀ, ਅਤੇ ਜਦੋਂ ਬੰਦੇ ਨੇ ਗੁਰੂ ਘਰ ਬੈਠਣਾ ਹੋਵੇ ਉਦੋਂ ਫਿਰ ਕਈ ਵਾਰ ਸਟੇਜ ਵਾਲੇ ਨੂੰ ਅੱਖਾਂ ਕੱਢਣੀਆਂ ਪੈਂਦੀਆਂ, ਯਾਰ ਬੰਦ ਕਰ ਲਓ ਭੁੱਲ ਗਏ ਸੀ। ਉਹ ਅੱਖਾਂ ਕੱਢਦਾ ਵੀ ਲੈ ਮੈਨੂੰ ਝਾਕਦੇ ਆਖੋ ਸਤਨਾਮ, ਫਿਰ ਕੀ ਹੋ ਗਿਆ, ਪਹਿਲੀ ਵੱਜੀ ਕੁਹਾੜਾ ਤਾਂ ਨਹੀਂ ਮਾਰਿਆ। ਇੱਥੋਂ ਪਤਾ ਲੱਗਦਾ ਚਾਹੇ ਮੈਂ ਹਾਂ ਚਾਹੇ ਕੋਈ ਹੋਰ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਮਾਰਗ ਤੋਂ ਕਿੰਨਾ ਕੁ ਡਰਦੇ ਹਾਂ, ਕਿੰਨਾ ਕੁ ਭੈ। ਦਰਿਆਵੀ ਆਫਿਸਰ ਦੀ ਕਚਹਿਰੀ 'ਚ ਬਹਿਣਾ ਹੋਵੇ ਬੰਦਾ ਫੋਨ ਵੀ ਜਮ੍ਹਾਂ ਕਰਾ ਕੇ ਜਾਂਦਾ, ਸਾਈਲੈਂਟ ਕਰਕੇ ਬੈਠੂਗਾ ਵੀ ਨਹੀਂ ਉੱਥੇ ਜੱਜ ਸਾਹਿਬ ਬੈਠੇ ਆ, ਮੰਤਰੀ ਸਾਹਿਬ ਬੈਠੇ ਆ, ਫੋਨ ਸਾਈਲੈਂਟ ਹੋਣਾ ਚਾਹੀਦਾ, ਆਪੇ ਹੀ ਕਰੂ, ਕਹਿਣਾ ਨਹੀਂ ਪੈਂਦਾ। ਮਤਲਬ ਇਹ ਲੋਕ ਗੁਰੂ ਤੋਂ ਵੱਡੇ ਆ ਜੀ। ਜੋ ਸ੍ਰਿਸ਼ਟੀ ਦਾ ਮਾਲਕ ਹੋਵੇ ਉਹਦੇ ਕੋਲ ਬੰਦਾ ਫੋਨ ਰਿੰਗ ਦੇ ਲਾਈ ਬੈਠਾ, ਤੇ ਜੇ ਕਿਸੇ ਨੇ ਕਹਿਤਾ ਕਹਿੰਦਾ ਤੈਨੂੰ ਜ਼ਿਆਦਾ ਪੀੜ ਹੁੰਦੀ, ਤੇਰਾ ਵੀ ਤੇ ਪਰਸੋਂ ਚੱਲਦਾ ਹੀ ਸੀ ਆਖੋ ਸਤਨਾਮ। ਧਰਮ ਦੀ ਦੁਨੀਆ 'ਚ ਆਹ ਹਾਲ ਹੈ ਸਾਡਾ। ਇੱਥੋਂ ਪਤਾ ਲੱਗ ਜਾਂਦਾ ਵੀ ਗੁਰੂ ਸਾਹਿਬ ਦਾ ਡਰ ਕਿੰਨਾ ਕੰਮ 'ਚ ਪੈ ਹੋਣਾ ਚਾਹੀਦਾ। ਠੀਕ ਹੈ ਗਲਤੀਆਂ ਹੁੰਦੀਆਂ ਸਾਡੇ ਤੋਂ ਵੀ ਹੁੰਦੀਆਂ, ਸਾਡਾ ਵੀ ਰਹਿ ਜਾਂਦਾ ਖੁੱਲ੍ਹਾ ਕਈ ਵਾਰੀ, ਪਰ ਹਰ ਵਾਰੀ ਇਹੀ ਕੁਛ ਹੋਵੇ ਫਿਰ ਉਹ ਗਲਤੀ ਨਹੀਂ ਗੁਨਾਹ ਹੁੰਦਾ ਹੈ। ਇੱਕ ਸਮਝਣ ਦਾ ਜ਼ਰੀਆ, ਇੱਕ ਤਰੀਕਾ ਹੈ। ਜਦੋਂ ਗੁਰੂ ਦਾ ਭੈ ਮਨ 'ਚ ਆਜੂਗਾ ਨਾ ਬੰਦਾ ਫਿਰ ਸਿਰ ਕੱਜ ਕੇ ਹੁੰਦਾ, ਸਿਰ ਢੱਕ ਕੇ ਹੁੰਦਾ, ਉਹਦੇ ਅੰਦਰੋਂ ਫਿਕਰ ਆਉਂਦਾ ਮੇਰੇ ਸਤਿਗੁਰੂ ਬੈਠੇ ਆ, ਸ਼ਹਿਨਸ਼ਾਹ ਬੈਠੇ ਆ, ਮੈਨੂੰ ਬੰਦਿਆਂ ਦਾ ਡਰ ਨਹੀਂ, ਮੇਰੀ ਸੱਚੀ ਸਰਕਾਰ ਬੈਠੇ ਆ, ਕਿਤੇ ਮੇਰਾ ਸਿਰ ਅੱਗੋਂ ਨੰਗਾ ਹੋ ਗਿਆ ਨਾ ਤਾਂ ਮੇਰੇ ਸਤਿਗੁਰੂ ਨਾਰਾਜ਼ ਹੋ ਜਾਣਗੇ, ਉਹਨਾਂ ਨੂੰ ਪਸੰਦ ਨਹੀਂ ਆਉਣਾ। ਦੁਨਿਆਵੀ ਤੌਰ 'ਤੇ ਅਸੀਂ ਬੜੀਆਂ ਕੋਸ਼ਿਸ਼ਾਂ ਕਰਦੇ ਹਾਂ ਫੋਟੋ 'ਚ ਮੂੰਹ ਸਿਰ ਬਣਾਉਂਦੇ ਫਿਰਦੇ ਵੀ ਲੋਕਾਂ ਨੂੰ ਵਧੀਆ ਲੱਗੇ, ਕਦੇ ਸਿੱਖ ਨੇ ਕਿਹਾ ਮੈਂ ਗੁਰੂ ਨੂੰ ਵਧੀਆ ਲੱਗਾਂ, ਇਹੀ ਤਾਂ ਜੀਵਨ ਜਾ ਕੇ ਸਿੱਖੀ। ਗੁਰੂ ਸਾਹਿਬ ਨੇ ਧੁਰ ਕੀ ਬਾਣੀ ਸਾਰੀ ਸੰਕਲਨ ਕਰਾਈ ਗੁਰੂ ਅੰਗਦ ਦੇ ਪਾਤਸ਼ਾਹ ਜੀ, ਅਤੇ ਮਹਾਰਾਜ ਨੇ ਹੁਕਮ ਕੀਤਾ ਸਿੱਖੋ ਬਾਣੀ ਨੂੰ ਡਰ ਨਾਲ ਪੜ੍ਹਨਾ, ਭੈ ਨਾਲ ਪੜ੍ਹਨਾ, ਅਤੇ ਪ੍ਰੇਮ ਦੇ ਨਾਲ ਗਾਉਣਾ ਏ। ਚੋਪਈ ਬਹੁਰੋ ਕਿਤਕ ਬਿਤਾਇਓ ਕਲ, ਸ੍ਰੀ ਨਾਨਕ ਜੀ ਪਰਮ ਕਿਰਪਾਲਾ। ਜਪੁਜੀ ਸਾਹਿਬ ਤੋਂ ਲੈ ਕੇ ਬੇਅੰਤ ਬਾਣੀਆਂ ਸਿੱਧ ਗੋਸਟ ਦੱਖਣੀ ਉਹਦਾ, ਜੋ ਗੁਰੂ ਨਾਨਕ ਸਾਹਿਬ ਜੀ ਦੀਆਂ ਬਾਣੀਆਂ ਸੀ ਉਹਨਾਂ ਨੂੰ ਤਰਤੀਬ ਗੁਰੂ ਅੰਗਦ ਦੇ ਪਾਤਸ਼ਾਹ ਨੇ ਦਿੱਤੀਆਂ। ਕਈ ਮਹੀਨਿਆਂ ਦਾ ਸਮਾਂ ਆ ਗਿਆ, 2 ਮਹੀਨੇ, 2.5 ਮਹੀਨੇ, 3 ਮਹੀਨੇ ਸੇਵਾ ਕਰਦੇ ਰਹੇ ਗੁਰਗੱਦੀ 'ਤੇ ਬਹਿ ਕੇ ਵੀ, ਗੁਰੂ ਅੰਗਦ ਦੇ ਪਾਤਸ਼ਾਹ ਨਿਮਰਤਾ 'ਚ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਦੇ, ਸਿੱਖ ਬਣ ਕੇ ਕਦੇ ਨਹੀਂ ਬੈਠੇ ਬਰਾਬਰ, ਪੁੱਜੇ ਰਹਿੰਦੇ ਆ। ਸਮਾਂ ਬਤੀਤ ਹੋਇਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਦਿਨ ਕੋਲ ਬਿਠਾਇਆ, ਕਹਿੰਦੇ ਗੁਰੂ ਅੰਗਦ ਦੇਵ ਜੀ ਦੇਖੋ, ਪਹਿਲਾਂ ਪੁਰਖਾਂ ਕਹਿੰਦੇ ਸੀ, ਸੇਵਕ ਕਹਿੰਦੇ ਸੀ, ਹੁਣ ਗੁਰੂ ਨੇ, ਗੁਰੂ ਨਾਨਕ ਦਾ ਸੂਤ ਨੇ ਮਹਾਰਾਜ ਕੋਲ ਬਿਠਾ ਕੇ ਆਪਣੀ ਪਲਕੇ 'ਤੇ ਆਪਣੇ ਨਾਲ ਬੜੇ ਅਦਬ ਨਾਲ ਬੇਨਤੀ ਕਰਦੇ ਨੇ। ਇੱਕ ਦਿਨ ਅੰਗਦ ਸੰਗ ਬਖਾਨਾ, ਤੁੰਬੇ ਅਭਗਮਨੋ ਆਪਣ ਸਥਾਨਾ। ਉਹਨੇ ਹੱਥ ਜੋੜ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਚਾਹੁੰਦੇ ਹਾਂ ਤੁਸੀਂ ਆਪਣੇ ਨਗਰ ਖਡੂਰ ਸਾਹਿਬ ਚਲੇ ਜਾਓ, ਅਸੀਂ ਚਾਹੁੰਦੇ ਹਾਂ ਦਿਲੋਂ। ਜਦੋਂ ਇਹ ਬਚਨ ਗੁਰੂ ਅੰਗਦ ਦੇਵ ਮਹਾਰਾਜ ਨੇ ਸੁਣੇ, ਸੁਣਨ ਦਾ ਸਾਰ ਅੱਖਾਂ 'ਚੋਂ ਹੰਝੂ ਆ ਗਏ, ਮਤਲਬ ਵਿਛੜਨਾ ਪੈਣਾ, ਸਤਿਗੁਰਾਂ ਤੋਂ ਦੂਰ ਹੋਣਾ ਪੈਣਾ, ਸੁਣਿਆ ਹੀ ਇਹ ਪ੍ਰੇਮ ਦੀ ਪ੍ਰਦਰਸ਼ਨ ਹੈ। ਗੁਰੂ ਸਾਹਿਬ ਕਹਿੰਦੇ ਅੰਗਦ ਦੇਵ ਜੀ ਤੁਸੀਂ ਕਰਤਾਰਪੁਰ ਛੱਡ ਦੇਵੋ, ਇਹ ਨ ਰਹੀ ਹੈ ਆਸ ਇਹੀ, ਸਮਾ ਸਮੀਪ ਤਜੋ ਨਿਜ ਦੇਹੀ। ਸਾਡੀ ਬੇਨਤੀ ਹੈ ਤੁਸੀਂ ਕਰਤਾਰਪੁਰ ਸਾਹਿਬ ਨਾ ਰਹੋ, ਛੱਡ ਜਾਓ। ਛੱਡ ਕੇ ਜਾਣ ਦਾ ਮਤਲਬ ਵੀ ਮੁੜ ਕੇ ਕਦੇ ਨਾ ਆਇਓ, ਆਖੋ ਸਤਨਾਮ, ਮੁੜ ਨਾ ਆਇਓ। ਗੁਰੂ ਅੰਗਦ ਦੇਵ ਜੀ ਦੇ ਹੱਥ ਸੁਣੇ, ਹੁਣ ਭਾਈ ਲੈਣਾ ਨਹੀਂ ਉਹ ਗੁਰੂ ਅੰਗਦ ਬੋਲਿਆ ਨਾ ਗਿਆ। ਸਤਿਗੁਰ ਅਗਲਾ ਬਚਨ ਵੀ ਕਹਿਤਾ, ਕਹਿੰਦੇ ਕੁਛ ਦਿਨਾਂ ਵਿੱਚ ਅਸੀਂ ਸਰੀਰ ਦਾ ਪਰਿਤਿਆਗ ਕਰਨਾ, ਤੁਸੀਂ ਚਲੇ ਜਾਓ, ਇੱਥੇ ਨਾ ਹੋਏ, ਹੁਣੇ ਚਲਿਆ ਜਾ ਸਕਦਾ। ਬਾਣੀ ਨੇ ਲਿਖਿਆ ਜਿਸ ਪਿਆਰੇ ਸਿਉ ਨੇ ਹੋ ਤਿਸ ਆਗੈ ਮਰ ਚੱਲੀਐ। ਜਿਸ ਸੱਜਣ ਨਾਲ ਪ੍ਰੀਤ ਹੋਵੇ ਪਿਆਰ ਹੋਵੇ ਉਹਦੇ ਮਰਨ ਤੋਂ ਪਹਿਲਾਂ ਸੁਣ ਕੇ ਮਰ ਜਾਈਏ, ਜਿਹਨੂੰ ਪ੍ਰੇਮ ਕਹਿੰਦੇ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ, ਕਹਿੰਦੇ ਲਾਨਤ ਜੋਗ ਹੈ ਜ਼ਿੰਦਗੀ ਆਪਣੇ ਸੱਜਣ ਤੋਂ ਬਿਨਾਂ ਵਿਛੜ ਕੇ ਰਹਿਣਾ, ਫਿਰ ਵੀ ਠੀਕ ਹੈ। ਕਿੱਡੀ ਵੱਡੀ ਭਾਵਨਾ ਦੱਸੀ,
गुरु अंगद देव जी के नेत्र भरे आए, सतगुरु शरीर ही छड़ जाएंगे ते अंतम समय भी कहता भी साढ़े कोल ही रहना, खडूर साहब चले जाओ। ये वो है बिरहा बिरहा आखी है बिरहा तू सुल्तान, जिस पिंजर में बिरहा वसै सो पिंजर लै जा, जिस शरीर दे विच बिरहा वस जे शरीर थोड़ा उते पिंजरा है, पिंजर स्टैचू कह लो बुत कह लो स्केलेटन आख लो कुछ है कुछ नहीं है। गुरु नानक साहब आखन लगे अंगद देव जी तुसी करतारपुर साहब छड हमेशा खडूर दी धरती चले जाओ, ग्राम खडूर प्यानो की जे, नगर अपने जाके वासा करो साडे शरीर दे दिन थोड़े ने, बाणी का फैसला है दिन थोड़े, थका भया पुराना चूना। संगत बैठी सी कोई पुत्र भी बैठे आ, पुत्रां नूं फर्क नहीं कोई, क्यों नहीं फर्क, भावे पिता ने अंदरे ही चुभी जांदा है गुरगद्दी साडी सी दे सी गुरगद्दी आखो सब नाम संगतां ने सुनिया बड़ा वराग कीता कि सतगुरु की कह रहे हैं, ये फिर गुरु ने दुनियावी मित्र साडा कोई आके ना भी यार मेरा जी करता मैं मर जाऊं, कहता वेख ला अज कहता गुरु ना बोली तेरे मरण का सुनिया शब्द मैनू हर पल मारद मैं तो ते नहीं करया जांदा। सोचो गुरु अंगद के पातशाह गुरु नानक साहब जी नाल किन्नी प्रीत करते हैं, जैसी जल रे मन ऐसी हरस्यो प्रीत कर जैसी जल, कहते जल ते दुध की प्रीत केहो जी है, आ वटने आपे खपै दुध को खपण ना दे, पानी की प्रीत दुध नाल किन्नी है, दुध च जिन्ना मर्जी पानी पा दे हो, पर पानी इश्क करता है दुध दे नाल, उनु गैस ते चुल्हे ते अग ते चाड़ दे हो, जद जद अग उस दुध नु साड़दी है पानी निकल निकल के अग बुझाउंदा, उबाले मार मार भाप बना बना के कोशिश करता मैं अग बुझावे हां ते मेरे सज्जन नु साड़दी है। बड़ी बार होंदा दुध उबले अग बुझदी करी होंदी चुल्हे बुझदे जिन्ना वाले उन्हां नु पता है ये प्रीत आई होंदी, रोज अखां सामने होंगी कदे सामने नहीं आई। तो गुरु अंगद देव महाराज कहते बैठे बैठे सुनोगे सुनिया नहीं गया, सतगुरु कहते प्यारे तुसी इत्थे ना आयो, मतलब ये भी जिउंदे जी सुनन नूं मिल गया भी अंतम दर्शन भी होने आखो सतनाम, कितनी बड़ी पीड़ा है जिस सज्जन नाल जीवन दे आस समय गुजारे हो, जी तो जिंद जान वाली हो गए जिदा रूप ही हो गए हुण उन्होंने आप ही कहता पुरखा इत्थे नहीं रहना, खडूर साहब चले जाओ संगतां उत्थे होणगीआं, सानू छड जाओ। सुन अंगद बंदे द्वे हथ बोलियो बचन लाए पद मथ, अंगद दे पातशाह जी दे नेत्रां च अथरू ने, गुरु नानक साहब दे चरण फड़े मत्था टेकिया बोले पातशाह एक सुनन तो पहला क्यों नहीं मारिया सतनाम, मार ही दिता ये तो सुन के रोज मरन वाला काम, ये तुसी की आखे महाराज मैं ये बचन मनना नहीं चाहता पर मेरा फर्ज है, उस सिख दादा जी ने गुरु का हुक्म नहीं मनिया, चित नहीं करता मैं मनना तुहानू छड के जा पर तुहाडा बचन मैं तो टालिया भी जाना नहीं, बाबर के रजाए मम शीस एक अवर बूझे जगदीश, अखा चू हंजू ने गला भरिया होया बोलिया नहीं जाता, यह प्रेम की बात है, हे जगदीश परमात्मा एक मौका भी ना दिता कि बचन मुड़न का, पहले ही हुक्म सुनाता बेनती होंगी तो मैं कदे ना मनता, ਉਹ ਹੁਕਮ ਮੈਥੋਂ ਬੋਲਿਆ ਨਹੀਂ ਜਾਣਾ ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਪ੍ਰੇਮ ਚ ਬੈਠੇ ਉਸ ਵੇਲੇ, ਸਤਿਗੁਰਾਂ ਜਿਤਾਇਆ ਅੰਗਦ ਜੀ ਇਹ ਸਰੀਰ ਮਿੱਟੀ ਹੈ ਪੰਜਾਂ ਤੱਤਾਂ ਦਾ, ਇਹ ਮਹਾਨ ਨਹੀਂ ਹੈ, ਇਹਦੀ ਰਵਾਇਤ ਜੰਮਣਾ ਤੇ ਮਿਟਣਾ ਹੁੰਦੀ ਹੈ, ਜਾਗਣ ਤਨ ਕੋ ਸਮਾਂ ਜਿਆ ਇਹ
तब दर्शों में आए कि नहीं। सतगुरां दा वचन मन लिया गुरु अंगद देव पातशाह जी ने, एक में एक जोत ने पर एक गल पूछ ली, कहिंदे हजूर की इस बंदे नूं तुहाडे अंतम दर्शन करन दी आग्या है? सोच के वेखो वक्त कैसा, तुहाडा कोई सज्जन दुनियावी होवे आखरी साहां ते होवे तुहानूं आखे मेरे मरिया ते नहीं आउणा, तू ना ही हालत ऐसी होवे कि उहदा वचन मनना पैणा, मोड़िया नहीं जाणा, ते तुसीं पुछो कोल हो के भी यार संस्कार ते नहीं आ सकदा, वेखण नहीं आ सकदा। वो कहे नहीं, जिहदे ते बीतदी हो जाणी। तरला करके गल पला पा के आख्या, महाराज मैनू पता है ये हुक्म सत है, वक्त होना ही इदां है, क्योंकि अंदर जिहड़ी जोत गुरु नानक साहिब दी है वह वरतों ही नहीं है, उत्थे शरीरां दे मिट जाण दा गम नहीं, सिर्फ विछोड़े दा गम है जो हर पल सेवा च रहिंदे किवें लूटेंगे। महाराज आप जी दे ज्योति जोत समाउण वेले कि अंतम दीदार हो जाणगे, मैनू आग्या है मैं करतारपुर साहिब चल के फिर तो आवां। सुन बोले बेदी कुल दीप। नानक साहिब महाराज सुन के मुस्कुरा, कहिंदे महाराज इह ते आग्या दे दिओ मैं चल के आ। सतगुरु कहिंदे नहीं प्यारिया, साडे शरीर छड्डिआं तों बाद तुसीं करतारपुर फिर भी नहीं आउणा। सतनाम दुनियावी बेचारे मर गया, बच्चिया नूं छड्ड आउंदा सी घरे, बुढ़े का फायदा ही सी। भगतां ने बाणी च लिखिआ ही कहिंदे साकत मरदा ते दुनिया रोंदी है, भी दुकान ते बैठा रहिंदा सी वधिया कम चली जांदा। कबीर संत मुए क्या रोई है जो अपने, त्रिह जाए रोवो साकत बापरे जो हाटे हारे। बंदे नूं कोई नहीं रोंदा, दुनिया रोंदी है उहदे कम्मां नूं। कहिंदे बजुर्ग जिउंदा सी पेंशन आ जांदी सी, फायदा ही सी खर्चे चक्की जांदा सी, बाबर वेले वांगू बैठा झाकी जांदा सी, सीसीटीवी दा काम करदा सी, हौसला जिथों मर्जी जाए बैठे ही करे। बंदा बंदे नूं रोंदा है, प्रेम नूं कोई नहीं रोंदा, ठीक है हुण नौकर रखना पै जाणा, हुण आप ध्यान रखना पैणा, न्याणियां नूं लैके आउण वाला छड्डण वाला ते तुर गया, लिआउणा पऊ जां रखणा पऊ कोई। महाराज कहिंदे साकत नूं लोक रोंदे आ, रोवो साकत वापरे जो हाटे हाट बकाए। कहिंदे दुनियावी बंदिआं नूं ते रोईए जिहदा ते गिआ तो सानूं फसणा पैणा, तां आप चकणा पैणा है। संत साधुआं दे गिआ ते रोईदा नहीं हुंदा। गुरु नानक साहब जी गुरु अंगद देव महाराज के मोढ़े ते हाथ रखिया, कहिंदे प्यारे आ तुसी इत्थे नहीं आउणा, असी उत्थे आ जांगे। आखो सतनाम। समा समाप्त है, जेवे कथा आखिरी पड़ाव वल वधेगी। सतगुरां दे प्यार विच भिज के आपां इसे तरह आनंद माणना है। वाहिगुरु वाहिगुरु।